हेलो एवरी वन गुड इवनिंग वेलकम बैक टू आवर ऑफिशियल यूट्यूब चैनल गिलजमेंट और ऑनलाइन ई लर्निंग प्लेटफॉर्म टू गेट ऑल रीसेंट नोटिफिकेशन राइट नाउ सबसक्राइब दिस चैनल एंड डो नॉट फॉर गेट द प्रेस बैल आइकन गाइज जिमें पता कि आप तो पटवारी क्रैश कोर्स लेके आते हैं जिसमें डेली ही कंप्यूटर क्लास करते हैं अज आप नैक्सट इलेवंथ पार्टे लिए लेके आए हैं गाइज आप टेन पार्ट कर लेने जिसमें तो डेली ट्वेंटी क्वेश्चन करते हैं विद एक्सप्लेनेशन ਅੱਜ ਆਪਾਂ ਨੈਕਸਟ ਪਾਰਟ ਲੈ ਕੇ ਆਏ ਆਂ ਅੱਜ ਮੈਂ ਤੁਹਾਨੂੰ ਕਰਵਾਵਾਂਗੀ ਪੰਜਾਬ ਗਵਰਨਮੈਂਟ ਦੇ ਸਾਰੇ ਐਗਜ਼ਾਮ ਦੀ ਤਿਆਰੀ ਲਈ ਕੰਪਿਊਟਰ ਦੇ ਪ੍ਰੀਵੀਅਸ ਕੁਐਸਚਨ ਪੇਪਰਾਂ ਵਿੱਚੋਂ ਕੁਐਸਚਨਸ ਜੋ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੋਣਗੇ ਤੇ ਅੱਜ ਦੇ ਲਾਈਵ ਸੈਸ਼ਨ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਹਰ ਇੱਕ ਸਟੂਡੈਂਟ ਤੱਕ ਪਹੁੰਚ ਸਕੇ ਤੇ ਫ੍ਰੀ ਵਿੱਚ ਕ੍ਰੈਸ਼ ਕੋਰਸ ਨੂੰ ਜੁਆਇਨ ਕਰਕੇ ਤਿਆਰੀ ਕਰ ਸਕਣ ਗイズ ਅੱਜ ਦਾ ਫਰਸਟ ਕੁਐਸਚਨ ਹੈ ਜਿੰਨੇ ਵੀ ਕੁਐਸਚਨਸ ਲਏ ਗਏ ਨੇ ਮਲਟੀ ਚੁਆਇਸ ਕੁਐਸਚਨ ਲਏ ਗਏ ਨੇ ਠੀਕ ਹੈ ਇਸ ਵਿੱਚ ਆਪਾਂ ਇੱਕ ਸਟੇਟਮੈਂਟ ਦੇਖ ਰਹੇ ਹਾਂ ਤੇ 5 ਆਪਸ਼ਨਸ ਇੱਕ ਸਟੇਟਮੈਂਟ ਦਿੱਤੀ ਹੋਈ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਇਹਦਾ ਸਹੀ ਆਨਸਰ ਕੀ ਹੋ ਸਕਦਾ ਹੈ ਦੇਖੋ ਮੈਂ ਤੁਹਾਡੇ ਸਾਹਮਣੇ ਸਟੇਟਮੈਂਟ ਨੂੰ ਲੈ ਕੇ ਆਈ ਹਾਂ ਦਾ ਇੰਟਰਨੈਟ ਸਰਵਿਸ ਦੈਟ ਪ੍ਰੋਵਾਈਡਸ ਅ ਮਲਟੀਮੀਡੀਆ ਇੰਟਰਫੇਸ ਟੂ ਅਵੇਲੇਬਲ ਰਿਸੋਰਸਸ ਇਜ਼ ਕਾਲਡ ਆਪਾਂ ਇੰਟਰਨੈਟ ਸਰਵਿਸ ਯੂਜ਼ ਕਰਦੇ ਹਾਂ ਨਾ ਉਸ ਦੇ ਥਰੂ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਸਾਨੂੰ ਮਲਟੀਮੀਡੀਆ ਇੰਟਰਫੇਸ ਠੀਕ ਹੈ ਉਸ ਜਿਹੜੀ ਰਿਸੋਰਸ ਅਵੇਲੇਬਲ ਹੁੰਦੇ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ ਠੀਕ ਹੈ ਬਹੁਤ ਇਜ਼ੀ ਕੁਐਸਚਨ ਹੈ ਵਰਲਡ ਵਾਈਡ ਵੈਬ ਵਰਡ ਵਾਈਟ ਵੈਬ ਡਬਲਯੂ ਡਬਲਯੂ ਕਹਿ ਦਿੰਦੇ ਆ ਡਬਲਯੂ 3 ਕਹਿ ਦਿੰਦੇ ਆ ਸਮ ਟਾਈਮ ਤਾਂ ਆਪਸ਼ਨ ਇਦਾਂ ਵੀ ਲਿਖਿਆ ਆ ਸਕਦਾ ਹੈ ਠੀਕ ਹੈ ਤੁਸੀਂ ਕਨਫਿਊਜ਼ ਨਹੀਂ ਹੋਣਾ ਜਿੰਨੀਆਂ ਵੀ ਇੰਟਰਨੈਟ ਦੀ ਸਰਵਿਸਿਜ਼ ਨੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਜਿੰਨੇ ਵੀ ਮਲਟੀਮੀਡੀਆਜ਼ ਠੀਕ ਹੈ ਤੇ 52 ਕਿਤੇ ਜਾਂਦੇ ਨੇ www3 ਜਾਂ वर्ल्ड वाइड वेब ਦੇ थ्रू नेक्स्ट ਕੁਐਸਚਨ ਤੇ ਚਲਦੇ ਆ ਵਟ ਕਾਈਂਡ ਆਫ ਮੈਮਰੀ ਇਜ਼ ਸਟੈਟਿਕ ਐਂਡ ਨੋਨ ਵੋਲਟਾਈਲ ਆਪਾਂ ਸਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਸਟੋਰੇਜ ਮੈਮਰੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਵੋਲਟਾਈਲ ਤੇ ਨੋਨ ਵੋਲਟਾਈਲ ਠੀਕ ਹੈ ਇੰਟਰਨਲ ਐਕਸਟਰਨਲ ਨੂੰ ਵੀ ਆਪਾਂ ਪੜ੍ਹਦੇ ਸੀਗੇ ਤੇ ਜਿਹੜੀ ਸਾਡੀ ਸਟੈਟਿਕ ਤੇ ਨੋਨ ਵੋਲਟਾਈਲ ਮੈਮਰੀ ਹੈ ਕਿਸ ਤਰ੍ਹਾਂ ਦੀ ਮੈਮਰੀ ਹੈ ਇਸ ਵਿੱਚ ਦੱਸਣਾ ਬਟ ਕਾਈਂਡ ਆਫ ਦੀ ਮੈਮਰੀ ਤੇ ਆਪਾਂ ਇਸ ਵਿੱਚੋਂ ਸਹੀ ਆਨਸਰ ਲਗਾਣਾ ਹੈ ਰੋਮ ਰੋਮ ਇਸ ਰੀਡ ਓਨਲੀ ਮੈਮਰੀ ਠੀਕ ਹੈ ਰੀਡ ਓਨਲੀ ਮੈਮਰੀ ਰੈਮ ਇਸ ਰੈਂਡਮ ਐਕਸੈਸ ਮੈਮਰੀ ਠੀਕ ਹੈ ਤੇ ਸਟੈਟਿਕ ਨੂੰ ਆਪਾਂ ਕਹਿ ਦਿੰਦੇ ਹਾਂ ਸਮ ਟਾਈਮ ਰੋਮ ਜਾਂ ਨਾਨ ਵੋਲਾਟਾਈਲ ਮੈਮਰੀ ਠੀਕ ਹੈ ਬਾਕੀ ਤੁਸੀਂ ਮੈਨੂੰ ਫੁੱਲ ਫਾਰਮ ਜਿਹੜੇ ਨੇ ਨਾਲ ਵਾਲੇ ਜਿੰਨੇ ਵੀ ਦਿੱਤੇ ਹੋਏ ਨੇ ਆਪਸ਼ਨ ਇਹਨਾਂ ਦੇ ਫੁੱਲ ਫਾਰਮ ਨੂੰ ਕਮੈਂਟ ਕਰਕੇ ਦੱਸੋ ਨੈਕਸਟ ਕੁਐਸਚਨ ਹੈਗਾ in excel dash allow users to bring together copy of books book that other user have worked on independently ਮਤਲਬ ਆਪਾਂ ਐਮ ਐਸ ਐਕਸਲ ਯੂਜ਼ ਕਰਦੇ ਹਾਂ ਤੇ ਸਾਨੂੰ ਦੱਸਣਾ ਹੈ ਆਪਾਂ ਦੇਖਣਾ ਹੈ ਕਿ ਇਸ ਵਿੱਚੋਂ ਕਿਹੜਾ ਜਿਹਾ ਆਪਸ਼ਨ ਹੈ ਜਿਹੜਾ ਸਾਨੂੰ ਕੀ ਅਲੋ ਕਰਦਾ ਹੈ ਜਾਂ ਯੂਜ਼ਰਸ ਨੂੰ ਕੀ ਅਲੋ ਕਰਦਾ ਹੈ ਕਿ ਜਿੱਦਾਂ ਵੀ ਆਪਾਂ ਕੰਮ ਕਰ ਰਹੇ ਹਾਂ ਵਰਕ ਵਰਕ ਬੁੱਕ ਤੇ ਹੈ ਨਾ ਵਰਕ ਬੁੱਕ ਕਿਹਾ ਜਾਂਦਾ ਨੇ ਇਸ ਨੂੰ ਵਰਕ ਬੁੱਕ ਵਰਕਸ਼ੀਟ ਤੇ ਇਦੋਂ ਨਾ ਕੱਲ ਵੀ ਦੱਸਿਆ ਸੀ ਤੁਹਾਨੂੰ ਮੈਂ ਰੋ ਐਂਡ ਕਾਲਮ ਦੀ ਫਾਰਮ ਵਿੱਚ ਡਾਟਾ ਹੁੰਦਾ ਜਿੱਦਾਂ ਆਪਾਂ ਇੱਥੇ ਐਂਟਰ ਕਰ ਰਹੇ ਹਾਂ ਕੁਝ ਹੈ ਨਾ ਇੱਥੇ ਵੀ ਕੁਝ ਕਰ ਰਹੇ ਹਾਂ ਇੱਥੇ ਵੀ ਹੈ ਨਾ ਇਹਦਾ ਸਾਰਾ ਕੰਮ ਕਰ ਰਹੇ ਹਾਂ ਤੇ ਕਾਪੀਜ਼ ਆਫ ਦੀ ਵਰਕਬੁੱਕ ਦੈਟ ਆਰ ਯੂਜ਼ਰ ਹੈਵ ਵਰਕਡ ਔਨ ਇੰਡੀਪੈਂਡੈਂਟਲੀ ਤੇ ਇਸ ਨੂੰ ਆਪਾਂ ਕੀ ਕਰਾਂਗੇ ਜਿੰਨਾ ਵੀ ਕੰਮ ਸੌਰੀ ਜਿੰਨਾ ਵੀ ਆਪਾਂ ਕੰਮ ਕਰ ਰਹੇ ਹਾਂ ਜਿਹਨੇ ਵਰਕਬੁੱਕ ਤੇ ਕੰਮ ਕਰ ਰਹੇ ਹਨ ਉਹਨਾਂ ਨੂੰ ਆਪਾਂ ਟੁਗੇਦਰ ਕਰਨਾ ਹੈ ਇਸ ਦੀ ਕਾਪੀਜ਼ ਨੂੰ ਇੱਕ ਵਰਕਬੁੱਕ ਤੇ ਤੇ ਆਪਾਂ ਕੀ ਕਰ ਦਵਾਂਗੇ ਮਰਜ ठीक uh, है नेक्स्ट ऑप्शन नेक्स्ट क्वेश्चन चलते हैं हेल्प मेन्यू इज़ अवेलेबल इन एट विच बटन हेल्प मेन्यू द मेन्यू जो है साडा इस विचों के बटन नाल मतलब आप बटन पर जाके देख सकते हैं हेल्प मेन्यू कितने सूँ मिलेगा तो आंद स्टार्ट नैक्सट क्वेश्चन चलते हैं द इलेक्ट्रॉनिक्स विच इज़ इन दी एन आई ए सी वेयर ਇਲੈਕਟ੍ਰੋਨਿਕਸ ਵਿੱਚ ਜਿਹੜਾ ਹੁੰਦੇ ਸੀਗੇ ਸਾਡੇ E N I A C ਠੀਕ ਹੈ ਅਵੇਡੀ ਕਾਪਾ ਜਿਵੇਂ ਕਿ ਕੱਲ ਵੀ ਮੈਂ ਤੁਹਾਨੂੰ ਦੱਸਿਆ ਸੀਗੇ ਵੈਡੀਕ ਦੀ ਹੈ ਨਾ ਤੇ ਇਦਾਂ ਹੀ E N I A C ਇਲੈਕਟ੍ਰੋਨਿਕ ਸਵਿਚਸ ਆਪਾਂ ਕਿੱਥੇ ਪਾਏ ਜਾਂਦੇ ਨੇ ਕਿਹੜੇ ਮਤਲਬ ਕਦ ਵਿੱਚ ਯੂਜ਼ ਕਰਦੇ ਸੀਗੇ ਠੀਕ ਹੈ ਤੇ ਆ ਹੁੰਦੇ ਨੇ ਵੈਕਿਊਮ ਟਿਊਬ फोर्थ ਆਪਸ਼ਨ ਇਜ਼ ది ਕਰੈਕਟ ਆਨਸਰ ਵੈਕਿਊਮ ਟਿਊਬਸ ਜੇਕਰ ਤੁਸੀਂ ਜਨਰੇਸ਼ਨਸ ਪੜ੍ਹੀਆਂ ਨੇ ਫਰਸਟ ਜਨਰੇਸ਼ਨ सैकेंड जनरेशन ठीक है फस्ट जनरे सैकेंड जनरे पता होएगा कि फस्ट यूज़ करते सैकेंड आप करते दैन थर्ड विच फोर्थ विच ठीक है फस्ट विच जिमें कि आप करते वैक्यूम ट्यूब्स ठीक है यूज़ सैकंड लगे ट्रांजिस्टर्स दैन आप की यूज किया आइसिज फोर्था की यूज़ किया ਪ੍ਰੋਸੈਸਰ ਮਾਈਕਰੋ ਪ੍ਰੋਸੈਸਰਸ ਹੈ ਨਾ ਇਦਾਂ ਹੀ ਪ੍ਰੋਸੈਸਰਸ ਫਿਰ ਮਾਈਕਰੋ ਪ੍ਰੋਸੈਸਰ ਠੀਕ ਹੈ ਤੇ ਹੁਣ ਆਪਾਂ ਕੀ ਯੂਜ਼ ਕਰਦੇ ਹਾਂ ਜਿੰਨੇ ਮਤਲਬ ਸਾਨੂੰ ਜਨਰੇਸ਼ਨ ਦੀ ਨੋਲਿਜ ਹੋਣੀ ਚਾਹੀਦੀ ਹੈ ਕਿ ਤੋ ਵੀ ਕੁਐਸਚਨ ਆ ਸਕਦਾ ਹੈ ਨੈਕਸਟ ਕੁਐਸਚਨ ਚਲਦੇ ਹਾਂ ਵਿਚ ਆਪਰੇਸ਼ਨ ਯੂ ਵਿਲ ਪਰਫਾਰਮ ਇਫ ਯੂ ਨੀਡ ਟੂ ਮੂਵ ਅ ਬਲਾਕ ਆਫ ਟੈਕਸਟ ਆਪਾਂ ਦੇਖਣਾ ਹੈ ਕਿ ਇਸ ਵਿੱਚੋਂ ਆਪਾਂ ਕਿਹੜਾ ਜਿਹਾ ਪਰਫਾਰਮ ਕਰਾਂਗੇ ਆਪਰੇਸ਼ਨ ਜਿਦਨ ਜੂ ਨੀ ਟੂ ਮੂਵ ਅ ਬਲੋਕ ਆਫ ਟੈਕਸਟ ਜੇਕਰ ਆਪਾਂ ਚਾਹੁੰਦੇ ਆ ਕਿ ਕਿਸੇ ਟੈਕਸਟ ਬਲੋਕ ਆਫ ਟੈਕਸਟ ਨੂੰ ਮੂਵ ਕਰਨਾ ਚਾਹੁੰਦੇ ਆ ਤੇ ਕੀ ਕਰਾਂਗੇ ਜੇ ਸਹੀ ਆਨਸਰ ਹੈ ਕੱਟ ਐਂਡ ਪੇਸਟ ਠੀਕ ਹੈ ਕੱਟ ਐਂਡ ਪੇਸਟ ਦਾ ਮਤਲਬ ਕੀ ਹੁੰਦਾ ਹੈ ਦੇਖੋ ਪਹਿਲੇ ਆਪਾਂ ਕਾਪੀ ਦਾ ਪਤਾ ਹੀ ਸਭ ਨੂੰ ਜਿਵੇਂ ਇੱਥੇ ਕੁਝ ਟੈਕਸਟ ਪਿਆ ਹੈ ਆਪਾਂ ਚਾਹੁੰਦੇ ਆ ਇਸ ਲੋਕੇਸ਼ਨ ਤੇ ਵੀ ਰਵੇ ਤੇ ਇੱਥੇ ਵੀ ਆ ਜਵੇ ਇਹਨਾ ਸੈਕਿੰਡ ਵਾਲੀ ਸ਼ੀਟ ਤੇ ਵੀ ਆ ਜਵੇ ਫਰਸਟ ਵਾਲੀ ਸੀਟ ਹੈ ਇਹਦਾ ਮਤਲਬ ਆਪਾਂ ਕਾਪੀ ਕਰਾਂਗੇ ਕੀ ਕਰਾਂਗੇ ਕਾਪੀ ਕਾਪੀ ਐਂਡ ਇੱਥੇ ਪੇਸਟ ਕਰ ਦਾਂਗੇ ਅਗਰ ਆਪਾਂ ਚਾਹਦੇ ਆ ਕਿ ਇੱਥੋਂ ਕੱਟ ਹੋ ਜਵੇ ਫਰਸਟ ਵਾਲੇ ਤੋਂ ਕੱਟ ਹੋ ਜਵੇ ਓਨਲੀ ਸੈਕਿੰਡ ਪਲੇਸ ਤੇ ਆਵੇ ਤੇ ਆਪਾਂ ਕੀ ਕਰਾਂਗੇ ਕੱਟ ਐਂਡ ਪੇਸਟ ਸ਼ਾਰਟਕਟ ਦੱਸੋ ਮੈਨੂੰ ਲਿਖ ਕੇ ਜੀ ਨੈਕਸਟ ਕੁਐਸਚਨ ਹੈ how much space in minimum must be provided between columns ਆਪਾਂ ਮਤਲਬ ਰੋ ਐਂਡ ਕਾਲਮ ਦਾ ਸਾਨੂੰ ਸਭ ਨੂੰ ਪਤਾ ਹੀ ਹੈ ਤੇ ਆਪਾਂ ਦੇਖਣਾ ਹੈ ਕਿ ਮਿਨੀਮਮ ਕਿੰਨੀ ਸਪੇਸ ਪ੍ਰੋਵਾਈਡ ਕੀਤੀ ਜਾਂਦੀ ਕਾਲਮ ਦੇ ਵਿੱਚ ਹੈਨਾ ਤੇ ਇਸ ਦਾ ਸਹੀ ਆਨਸਰ ਕੀ ਹੈ ਇਸ ਦਾ ਕਰੈਕਟ ਆਨਸਰ ਇਜ 0 ਠੀਕ ਹੈ ਕੋਈ ਕਾਲਮ ਵਿੱਚ ਕੋਈ ਸਪੇਸ ਨਹੀਂ ਹੁੰਦੀ ਹੈ ਹੈਨਾ ਇਦਾਂ ਕੀ ਹੁੰਦੇ ਨੇ ਕਾਲਮ ਐਂਡ ਰੋ ਇਦਾਂ ਆਪਸ ਵਿੱਚ ਉਹਨਾਂ ਕੋਈ ਸਪੇਸ ਤੇ ਨਹੀਂ ਹੁੰਦੀ ਇੱਥੇ ਠੀਕ ਹੈ ਨਾਲ-ਨਾਲ ਹੁੰਦੇ ਨੇ ਨੈਕਸਟ ਕੁਐਸਚਨ ਤੇ ਚੱਲਦੇ ਆਂ ਵਿਚ ਆਫ ਦੀ ਫੋਲੋਇੰਗ ਇਯੂਜ਼ ਟੂ ਕ੍ਰੀਏਟ ਨਿਊਜ਼ਪੇਪਰ ਸਟਾਈਲ ਕਾਲਮ ਜੇਕਰ ਆਪਾਂ ਚਾਹੁੰਦੇ ਆ ਕਿ ਸਾਡਾ ਮਤਲਬ ਜਿਹੜੇ ਵੀ ਜਿੰਨੇ ਵੀ ਆਪਾਂ ਨਿਊਜ਼ਪੇਪਰ ਹੈ ਉਸ ਨੂੰ ਇੱਕ ਨਿਊਜ਼ਪੇਪਰ ਨੂੰ ਕ੍ਰੀਏਟ ਕਰਨਾ ਚਾਹੁੰਦੇ ਆ ਯੂਜ਼ ਟੂ ਕ੍ਰੀਏਟ ਅ ਨਿਊਜ਼ਪੇਪਰ ਸਟਾਈਲ ਕਾਲਮ ਸਟਾਈਲ ਕਾਲਮ ਦੇ ਵਿੱਚ ਆਪਾਂ ਇਸ ਨੂੰ ਕ੍ਰੀਏਟ ਕਰਨਾ ਚਾਹੁੰਦੇ ਆ ਤੇ ਕਿਹੜਾ ਜਿਹਾ ਆਪਸ਼ਨ ਯੂਜ਼ ਕਰਾਂਗੇ ਫਾਰਮੈਟ ਕਾਲਮਸ ਠੀਕ ਹੈ ਨੈਕਸਟ ਕੁਐਸਚਨ ਤੇ ਚੱਲਦੇ ਆਂ इज़ द नैक्सट क्वेश्चन इज़ वट वुड यू यूज़ फॉर इमीडिएट रियल टाइम कम्यूनीकेशन विद ए फ्रेंड वट वुड यू यूज फॉर इमीडिएट रियल टाइम कम्युनीकेशन विद ए फ्रेंड आप ऑप्शन यूज़ करा जिस जिस दे रियल टाइम कम्यूनीकेशन कर सकते हैं जमीडिएट कम्यूनीकेट कर सी भी फ्रेंड दे ठीक है तो आप की यूज़ करते हैं इंस्टांट मैसेजिंग ਜਿਵੇਂ ਤੁਹਾਨੂੰ ਪਤਾ ਹੀ ਅੱਜਕੱਲ ਕਿੰਨੇ ਐਪਸ ਜਿਨੇ ਐਪਲੀਕੇਸ਼ਨਸ ਚਲੀਆਂ ਹੋਈਆਂ ਨੇ ਠੀਕ ਹੈ ਵਿਦਨ ਦੀ ਸੈਕਿੰਡ ਵਿਦਨ ਦੀ ਹੈਨਾ ਮੀਨੀ ਸੈਕਿੰਡ ਜਿਵੇਂ ਤੁਸੀਂ ਕਿਸੇ ਨੂੰ ਮੈਸੇਜ ਸੈਂਡ ਕਰ ਰਹੇ ਹੋ ਸੈਂਡਰ ਦੀ ਤਰਫ ਤੋਂ ਤੇ ਉਸੇ ਟਾਈਮ ਕੀ ਆ ਜਾਂਦਾ ਰਿਪਲਾਈ ਹੈਨਾ ਇਨਸਟੈਂਟ ਮੈਸੇਜਿੰਗ ਇਮੀਡੀਏਟ ਰeal ਟਾਈਮ ਕਮਿਊਨੀਕੇਸ਼ਨ ਕੀ ਆ ਜਾਂਦਾ ਇਸ ਨੂੰ ਕਾਫੀ ਐਗਜ਼ਾਮਪਲਸ ਨੇ ਮੈਨੂੰ ਐਗਜ਼ਾਮਪਲਸ ਦਿਨ ਮਤਲਬ ਦੱਸੋ ਮੈਨੂੰ ਕਿਹੜੇ ਕਿਹੜੇ ਐਪਲੀਕੇਸ਼ਨ ਯੂਸ ਤੁਸੀਂ ਯੂਜ਼ ਕਰਦੇ ਹੋ ਕਮਿਊਨੀਕੇਸ਼ਨ ਦੇ ਪਰਪਸ ਲਈ ਨੈਕਸਟ ਕੁਐਸਚਨ ਹੈ ਦੀ ਇੰਟਰਨੈਟ ਯੂਜਸ ਇੰਟਰਨੈਟ ਨੂੰ ਆਪਾਂ ਯੂਜ਼ ਕਰਦੇ ਆ ਇਸ ਫੋਰ ਇੰਟਰਨੈਟ ਵਿੱਚ ਆਪਾਂ ਕੀ ਯੂਜ਼ ਕਰਦੇ ਆ ਪੈਕੇਟ ਸਵਿਚਿੰਗ ਪੈਕੇਟ ਸਵਿਚਿੰਗ ਜਿੰਨਾ ਵੀ ਸਾਡਾ ਡਾਟਾ ਹੁੰਦਾ ਹੈ ਪੈਕੇਟ ਦੀ ਫਾਰਮ ਵਿੱਚ ਕੀ ਹੁੰਦਾ ਟ੍ਰਾਂਸਫਰ ਹੁੰਦਾ ਹੈ ਇੱਕ ਸੈਂਡਰ ਦੇ ਤੋਂ ਲੈ ਕੇ ਰਿਸੀਵਰ ਤੱਕ ਹੈ ਨਾ ਜਿਵੇਂ ਆਪਾਂ ਕੁਝ ਡਾਊਨਲੋਡ ਕਰਦੇ ਆ ਕਿਸ ਅਪਲੋਡ ਕਰਦੇ ਆ ਇੱਕ ਪੈਕੇਟ ਜਿਵੇਂ ਤੁਸੀਂ ਦੇਖਿਆ ਹੋਏਗਾ ਲੋਡਿੰਗ ਹੋ ਰਹੀ ਹੁੰਦੀ ਹੈ ਦਦ ਲੋਡਿੰਗ ਹੋ ਰਹੀ ਹੁੰਦੀ ਹੈ ਕਿ ਮਤਲਬ ਇੰਨੇ MB 1 MB ਦੀ ਸਪੀਡ ਜਾਂ 2 2 MB ਦੀ ਜਾਂ 3 MB ਦੀ ਜਾਂ KB ਦੀ ਸਪੀਡ ਵਿੱਚ ਕੀ ਹੁੰਦੀ ਹੈ ਅਪਲੋਡ ਹੁੰਦਾ ਜਾਂ ਡਾਊਨਲੋਡ ਹੁੰਦਾ ਇਟ 댓 ਮੀਨ ਡਾਟਾ ਸਵਿਚ ਪੈਕੇਟ ਦੀ ਸਵਿਚਿੰਗ ਇਨ ਆਲ ਆਪਾਂ ਕੀ ਕਰਦੇ ਹਾਂ ਯੂਜ਼ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਵਿਚ ਆਫ ਦੀ ਫੋਲੋਇੰਗ ਇਜ਼ ਅ ਗ੍ਰਾਫੀਕਲ ਪੈਕੇਜ ਗ੍ਰਾਫੀਕਲ ਪੈਕੇਜ ਦੇ ਬਾਰੇ ਦੱਸਣਾ ਹੈ ਸਵਿਚ ਤੋਂ ਦੱਸਣਾ ਕਿਹੜਾ ਜਿਹਾ ਗ੍ਰਾਫੀਕਲ ਪੈਕੇਜ ਹੈ ਤੇ ਇਸ ਦਾ ਸਹੀ ਆਨਸਰ ਹੈ ਕੋਰੀਅਲ ਡਰਾ ਕੋਰੀਅਲ ਡਰਾ ਇੱਕ ਗ੍ਰਾਫੀਕਲ ਪੈਕੇਜ ਹੈਗਾ ਹੈ ਠੀਕ ਹੈ बाकी आ कि एम एस ऑफिस है ना एम एस ऑफिस के नैक्स क्वेश्चन चलते हैं योटर इज पलॉटर तुम दसो कि होंगे पलोटर सबू पता होगा इनपुट डिवाइज या आउटपुट डिवाइज है ना तो आप सूँ पता है, की है कि आउटपुट डिवाइज है टू प्रोड्यूस ड्राइंग एंड ग्राफिक्स पलोटर आप सऊटपुट डिवाइज है तो सू प्रोवाइड करवा ड्राॅइंग एंड ग्राफिक्स ਬਹੁਤ ਇਜ਼ੀ ਕੁਐਸਚਨ ਹੈ ਨੈਕਸਟ ਕੁਐਸਚਨ ਤੇ ਚੱਲਦੇ ਆਂ ਇਹ 플ੋਪੀ ਡਿਸਕ ਕੰਟੇਨ 플ੋਪੀ ਡਿਸਕ ਕਿਸ ਨਾਲ ਬਣੀ ਹੁੰਦੀ ਹੈ ਜੇ 플ੋਪੀ ਡਿਸਕ ਵਿੱਚ ਆਪਾਂ ਕੀ ਦੇਖਣ ਦੇਖਦੇ ਆਂ ਦੇਖੋ 플ੋਪੀ ਡਿਸਕ ਕੀ ਸੀਡੀ ਇਸ ਛੋਟੇ ਛੋਟੇ ਕੁਐਸਚਨ ਆ ਜਾਂਦੇ ਨੇ ਇਸ ਦਾ ਸਾਈਜ਼ ਕੀ ਹੁੰਦਾ ਹੈ ਹੈਨਾ ਸੀਡੀ ਦਾ ਸਾਈਜ਼ ਕੀ ਹੁੰਦਾ ਹੈ ડીવીડી ਦਾ ਸਾਈਜ਼ ਕੀ ਹੁੰਦਾ 플ੋਪੀ ਡਿਸਕ ਦਾ ਸਾਈਜ਼ ਕੀ ਹੁੰਦਾ ਤੁਸੀਂ ਮੈਨੂੰ ਸਾਰੇ ਕਮੈਂਟ ਕਰਕੇ ਦੱਸੋ ਮੈਂ ਲਾਸਟ ਵਾਲੀ ਵੀਡੀਓ ਵਿੱਚ ਕਾਫੀ ਵਾਰ ਕਰਵਾ ਚੁੱਕੀ ਆ ਤੇ ਦਾ ਸਹੀ ਆਨਸਰ ਹੈ 플ੋਪੀ ਡਿਸਕ ਕੰਟੇਨ ਵਾਟ ਸਰਕਲ ਐਂਡ ਟਰੈਕਸ ਟਰੈਕ ਐਂਡ ਸੈਕਟਰਸ ਹੈ ਨਾ ਇਦਾਂ ਦਾ ਹੁੰਦੀ ਨਾ ਇਦਾਂ ਦੇ ਸੈਕਟਰਸ ਹੁੰਦੇ ਨੇ ਬਣੇ ਹੋਏ ਠੀਕ ਹੈ ਨੈਕਸਟ ਕੁਐਸਚਨ ਚਲਦੇ ਆ ਇਨ ਕੰਪਿਊਟਰ ਟਰਮੀਨੋਲੋਜੀ ਇਨਫੋਰਮੇਸ਼ਨ ਮੀਨ ਕੰਪਿਊਟਰ ਦੀ ਟਰਮੀਨੋਲੋਜੀ ਵਿੱਚ ਆਪਾਂ ਦੱਸਣਾ ਹੈ ਕਿ ਇਨਫੋਰਮੇਸ਼ਨ ਦਾ ਮਤਲਬ ਕੀ ਹੈ ਪੰਜ ਆਪਸ਼ਨ ਦਿੱਤੇ ਹੋਏ ਨੇ ਬਹੁਤ ਈਜ਼ੀ ਕੁਐਸਚਨ ਹੈ ਤੇ ਇਸਦਾ ਸਹੀ ਆਨਸਰ ਕੀ ਹੈ ਸਹੀ ਆਨਸਰ ਹੈ ਇਸ ਦਾ ਡਾਟਾ ਇਨ ਮੋਰ ਯੂਜ਼ਫੁਲ ਐਂਡ ਇੰਟੈਲੀਜੀਬਲ ਫਾਰਮ ਮਤਲਬ ਡਾਟਾ ਮਤਲਬ ਇਨਫੋਰਮੇਸ਼ਨ ਕੀ ਹੁੰਦਾ ਹੈ ਕਿ ਜਿਹੜਾ ਸਾਡੀ ਰੌ ਮਟੀਰੀਅਲ ਡਾਟਾ ਹੁੰਦਾ ਉਸ ਨੂੰ ਕਿਸ ਵਿੱਚ ਫਾਰਮ ਵਿੱਚ ਯੂਸਫੁਲ ਫਾਰਮ ਜਿਹੜਾ ਸਾਡਾ ਰੌ ਡਾਟਾ ਹੁੰਦਾ ਉਸ ਨੂੰ ਇੱਕ ਯੂਸਫੁਲ ਇਨਫੋਰਮੇਸ਼ਨ ਵਿੱਚ ਕੀ ਕੀਤਾ ਜਾਂਦਾ ਕਨਵਰਟ ਕੀਤਾ ਜਾਂਦਾ ਲਾਈਕ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਪਹਿਲੇ ਵੀ ਦਿੱਤੀ ਸੀਗੀ ਜਿੱਦਾਂ ਮੈਂ ਤੁਹਾਨੂੰ ਦਿੰਦੀ ਆ ਫਿਰ ਤੇ ਇੱਕ ਐਗਜ਼ਾਮਪਲ ਦਿੰਦੀ ਆ ਕਿ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਰੌ ਮਟੀਰੀਅਲ ਡਾਟਾ ਮਤਲਬ ਰਾ ਐਂਡ ਫਿਗਰ ਐਂਡ ਫੈਕਟਸ ਵਿੱਚ ਡਾਟਾ ਕਿਵੇਂ ਦਾ ਹੋ ਸਕਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸ ਦਿੰਦੀ ਆ ਕਿਸੇ ਦਾ 2 4 6 8 9 10 ਹੈ ਨਾ ਇੱਥੇ ਕੋਈ ਲਗਾ ਲਓ ਡਿਜੀਟ ਮਤਲਬ ਆ ਕਿ ਇਹ ਇੱਕ ਮੋਬਾਈਲ ਨੰਬਰ ਸਾਨੂੰ ਸਭ ਨੂੰ ਪਤਾ ਇੱਕ ਮੋਬਾਈਲ ਨੰਬਰ ਹੈ ਬਟ ਇੱਕ ਰॉ ਐਂਡ ਫੈਕਟਸ ਫਿਗਰਸ ਵਿੱਚ ਡਾਟ ਆ ਸਾਨੂੰ ਕੁਝ ਨਹੀਂ ਪਤਾ ਕਿ ਇਸ ਦਾ ਮੋਬਾਈਲ ਨੰਬਰ ਹੈ ਜਦੋਂ ਆਪਾਂ ਇੱਥੇ ਕਿਸੇ ਪਰਟੀਕੂਲਰ ਹੈਲਪਲਾਈਨ ਮਤਲਬ ਕਹਿ ਦਿੰਦੇ ਕਿ ਹੈਲਪਲਾਈਨ ਨੰਬਰ ਹੈ ਹੈਲਪਲਾਈਨ ਆਫ ਰੇਲਵੇ ਰੇਲਵੇ ਹੈ ਨਾ ਜਾਂ ਕੁਝ ਵੀ ਹੈ ਨਾ ਤੇ ਇਹ ਸਾਡੇ ਲਈ ਕੀ ਬਣ ਜਾਂਦੀ ਹੈ ਇਨਫੋਰਮੇਸ਼ਨ ਬਣ ਜਾਂਦੀ ਹੈ ਕਿ ਹਾਂ ਆ ਇੱਕ ਇਨਫੋਰਮੇਸ਼ਨ ਇਜ਼ ਰॉ ਇਨਫੈਕਟ ਐਂਡ ਫੈਕਟ ਐਂਡ ਫਿਗਰ ਵਿਚ ਡਾਟਾ ਇੱਦਾਂ ਹੀ ਮਤਲਬ ਅਨ ਆਰਡਰ ਵਿੱਚ ਲਿਸਟ ਵਿੱਚ ਪਿਆ ਹੁੰਦਾ ਹੈ ਨਾ ਤੇ ਜਿਹੜਾ ਯੂਸਫੁਲ ਡਾਟਾ ਮਤਲਬ ਇਹ ਸਾਡੇ ਲਈ ਕੀ ਬਣ ਗਿਆ ਹੁਣ ਯੂਸਫੁਲ ਡਾਟਾ ਨੈਕਸਟ ਕੁਐਸਚਨ ਚਲਦੇ ਹਾਂ ਦੀ ਅਸੈਂਡਿੰਗ ਆਰਡਰ ਆਫ ਡਾਟਾ ਇਰ ਹਾਇਰਾਰਕੀ ਇਜ਼ ਅਸੈਂਡਿੰਗ ਆਰਡਰ ਆਫ ਡਾਟਾ ਇਜ਼ ਹਾਇਰਕੀ ਇਜ਼ ਕੀ ਹੋ ਸਕਦੀ ਇਸ ਕੀ ਹਾਇਰਕੀ ਨੂੰ ਕਿ ਕਿੱਦਾਂ ਦੇਖਿਆ ਜਾ ਸਕਦਾ ਹੈ ਪਹਿਲੇ ਵਿੱਟ ਫਿਰ ਵਾਈਟ ਫਿਰ ਫੀਲਡ फील्ड में मिलाकर रिकॉर्ड बनता है रिकॉर्ड मिला के फाइल फाइल तो बाद डाटाबेस सब तो छोटी विट वाइट फील्ड फिर रिकॉर्ड फिर फाइल एंड डाटाबेस ठीक है विट की होंगे जीरो एंड वन किन्न विट्स मिला के वाइट बनता है किन्ने वाइट्स मिला के फील्ड बनता है ना इदा सबन पता होना चाहिए नैक्सट क्वेश्चन चलते हैं When a computer prints a report this output is called ਜਦੋਂ ਕੋਈ ਕੰਪਿਊਟਰ ਆਪਾਂ ਸਾਨੂੰ ਕੀਪ ਰਿਪੋਰਟ ਨੂੰ ਪ੍ਰਿੰਟ ਕਰਕੇ ਦਿੰਦਾ ਹੈ ਤੇ ਉਸ ਆਉਟਪੁੱਟ ਨੂੰ ਆਪਾਂ ਕੀ ਕਹਿ ਦਿੰਦੇ ਆ ਹਾਰਡ ਕਾਪੀ। ਬਰੀ ਇਜ਼ੀ ਕੁਐਸਚਨ ਨੇ गाइस ਇਦਾਂ ਦੇ ਕੁਐਸਚਨ ਤੁਹਾਨੂੰ ਆ ਵੀ ਸਕਦੇ ਨੇ ਸਕਿਪ ਕਰਕੇ ਨਹੀਂ ਆਣੇ ਹੈਨਾ। ਨੈਕਸਟ ਕੁਐਸਚਨ ਆ ਰੈਮ ਇਜ਼ ਐਨ ਐਗਜ਼ਾਮਪਲ ਆਫ ਵੋਲੇਟਾਈਲ ਸਟੋਰੇਜ ਐਂਡ ਸਰਵਰਸ ਐਸ ਦੀ ਕੰਪਿਊਟਰਸ RAM ਕਿਸ ਦੀ एग्जांपल ਹੈ volatile ਦੀ ਤੇ ROM ਕਿਸ ਦੀ ਸੀਗੀ ਆਪਾਂ ਪਹਿਲੇ ਕੁਐਸਚਨ ਵਿੱਚ ਪੜਿਆ ਨੋਨ volatile ਸਟੋਰੇਜ ਦੀ ਹੈਨਾ ਤੇ ਸਰਵ ਐਸ ਦੇ ਕੰਪਿਊਟਰ ਤੇ ਦਸਹੀ ਅਨਸਰ ਹੈ ਸ਼ਾਰਟ ਟਰਮ ਮੈਮਰੀ ਠੀਕ ਹੈ ਨੈਕਸਟ ਕੁਐਸਚਨ ਚ ਚਲਦੇ ਆ ਇਹ ਡੈਸ਼ ਇਸ ਅ ਯੂਨੀਕ ਆਇਡੈਂਟੀਫਿਕੇਸ਼ਨ ਨੰਬਰ ਜਨਰੇਟਡ ਬਾਏ ਕੰਪਿਊਟਰ ਹਾਰਡਵੇਅਰ ਕੰਪੋਨੈਂਟ অর ਅ ਪ੍ਰੋਗਰਾਮ ਆਪਾਂ ਇਸ ਵਿੱਚ ਦੱਸਣਾ ਹੈ ਕਿ ਇੱਕ ਜੁਨੀਕ ਆਈਡੈਂਟੀਫਿਕੇਸ਼ਨ ਨੰਬਰ ਹੈ ਜਿਸ ਨੂੰ ਜੋ ਜਨਰੇਟ ਕੀ ਕਰਦਾ ਹੈ ਕੰਪਿਊਟਰ ਹਾਰਡਵੇਅਰ ਕੰਪੋਨੈਂਟ ਪ੍ਰੋਗਰਾਮ ਹਨਾ ਤੇ ਸਹੀ ਅਨਸਰ ਕੀ ਹੋ ਸਕਦਾ ਹੈ ਤੁਹਾਡੇ ਮੁਤਾਬਿਕ ਇਸ ਇ ਕਰੈਕਟ ਅਨਸਰ ਇਜ਼ ਜੀ ਯੂ ਆਈ ਡੀ ਜੀ ਯੂ ਆਈ ਡੀ ਹਨਾ ਆਈਡੈਂਟੀਫਿਕੇਸ਼ਨ ਨੰਬਰ ਹੈ ਨੈਕਸਟ ਕੁਐਸਚਨ ਤੇ ਚਲਦੇ ਹਾਂ ਪੀਸੀ ਕਾਰਡਸ ਫਲੈਸ਼ ਮੈਮਰੀ ਕਾਰਡਸ ਐਂਡ ਸਮਾਰਟ ਕਾਰਡ ਆਰ ਐਗਜ਼ਾਮਪਲ ਆਫ तुदयसा सही आंसर मैं जल्दी कमेंट करो बहुत ईजी क्वेश्चन है पीसी कार्ड फ्लैश कार्ड समार्ट कार्ड किस एग्जाम्पल्स ने सारिया सोलड स्टेट स्टोरेज डिवाइस दिस सोलिड स्टेट स्टोरेज डिवाइस ठीक है नैक्सट क्वेश्चन है चलते हैं टू एग्जीक्यूट ए गिवन डोज प्रोग्राम यू मस टाइप एंड डैश आपोज प्रोग्रामिंग करनी है है ना ਤੇ ਸਾਨੂੰ ਕੀ ਕਰਨਾ ਪਵੇਗਾ ਦੱਸੋ ਬਹੁਤ ਇਜ਼ੀ ਕੁਐਸਚਨ ਹੈ ਜਿਵੇਂ ਕਿ ਡੋਜ਼ ਦਾ ਫੁੱਲ ਫਾਰਮ ਹੁੰਦੀ ਹੈ ਡਿਸਕ ਆਪਰੇਟਿੰਗ ਸਿਸਟਮ ਤੇ ਸਤਾ ਸਾਨੂੰ ਪਤਾ ਹੀ ਹੈ ਕਿ ਕੀ ਹੈ ਨੇ ਕਮਾਂਡ ਵੇਸ ਆਪਰੇਟਿੰਗ ਸਿਸਟਮ ਹੈ ਨਾ ਜਿੰਨਾ ਵੀ ਅਸੀਂ ਆਪਾਂ ਕੰਮ ਕਰਦੇ ਹਾਂ ਪਰ ਕਮਾਂਡ ਵੇਸ ਕਰਦੇ ਹਾਂ ਨਾ ਸਾਨੂੰ ਕੀ ਕੋਈ ਮਤਲਬ ਟੂ ਐਗਜ਼ੀਕਿਊਟ ਅ ギਵਨ ਪ੍ਰੋਗਰਾਮ ਐਗਜ਼ੀਕਿਊਟ ਕਰਨਾ ਚਾਹੁੰਦੇ ਹਾਂ ਡੋਜ਼ ਵਿੱਚ ਪ੍ਰੋਗਰਾਮ ਤਾਂ ਸਾਨੂੰ ਕੀ ਟਾਈਪ ਕਰਨਾ ਪਵੇਗਾ ਕਮਾਂਡ ਠੀਕ ਹੈ ਜਿਵੇਂ ਆਪਾਂ ਲਾਈਕ ਕੋਈ ਡੇਟ ਵੀ ਚੈੱਕ ਕਰਨੀ ਹੈ ਤੇ ਸਾਨੂੰ ਡੇਟ ਦੀ ਕਮਾਂਡ ਲਿਖਣੀ ਪੈਂਦੀ ਹੈ ਡੀ ਏ ਟੀ ਆਪਾਂ ਰਿਫਰੈਸ਼ ਕਰਨੀ ਹੈ ਸਕਰੀਨ ਕਲੀਅਰ ਕਰਨੀ ਹੈ ਫੋਲਡਰ ਕ੍ਰੀਏਟ ਕਰਨਾ ਹੈ ਠੀਕ ਹੈ ਤੇ ਸਾਨੂੰ ਕੀ ਕਰਨਾ ਪੈਂਦਾ ਹੈ ਕਮਾਂਡ ਲਿਖਣੀ ਪੈਂਦੀ ਹੈ ਤੇ ਹਾਂਜੀ ਗਾਇਜ਼ ਅੱਜ ਦੇ ਸਾਡੇ 20 ਕੁਐਸ਼ਨਸ ਇੱਥੇ ਹੀ ਕੰਪਲੀਟ ਹੁੰਦੇ ਨੇ ਜਿਵੇਂ ਕਿ ਆਪਾਂ ਕੀ ਕੀਤਾ ਹੋਇਆ ਹੈ ਪੀਐਸਪੀਸੀਲ ਦਾ ਕ੍ਰੈਸ਼ ਕੋਰਸ ਪਹਿਲੇ ਕੀਤਾ ਸੀਗਾ ਨਾ ਉਸ ਵਿੱਚ ਆਪਾਂ ਕਾਫੀ ਕੁਐਸ਼ਨਸ ਕੀਤੇ ਨੇ 3 1500 ਕੁਐਸ਼ਨ ਅਪ ਟੂ ਵਿਦ ਐਕਸਪਲੇਨੇਸ਼ਨ ਬੇਸਿਕ ਬੇਸਿਕ ਤੋਂ ਲੈ ਕੇ ਇੱਕ ਮਤਲਬ ਹਾਇਰ ਤੱਕ ਜਿਵੇਂ ਕਿ ਐਮ ਐਸ ਸੈਕਸ਼ੁਅਲ ਐਮ ਐਸ ਵਰਡ ਐਮ ਐਸ ਆਫਿਸ ਮਤਲਬ ਪੂਰਾ ਆਫਿਸ ਲਗਾ ਲੋ ਆਈਟੀ ਦੇ ਕੁਐਸ਼ਨ ਕਾਫੀ ਕਿੱਤੇ ਨੇ ਥੈਨ ਟੈਕਨੋਲੋਜੀਸ ਜਿੰਨੀਆਂ ਵੀ ਆਉਂਦੀਆਂ ਨੇ ਲੇਟੈਸਟ ਠੀਕ ਹੈ ਤੇ ਜਨਰੇਸ਼ਨਸ ਦੇ ਕੁਐਸ਼ਨ ਲੈਂਗੁਏਜਸ ਦੇ ਕੁਐਸ਼ਨਸ ਪ੍ਰੋਗਰਾਮਿੰਗ ਲੈਂਗੁਏਜ ਕਾਫੀ ਕੁਐਸ਼ਨ ਇਦਾਂ ਦੇ ਕਿੱਤੇ ਨੇ ਤੇ ਹੁਣ ਆਪਾਂ ਥੈਨ ਡੇਲੀ ਹੀ ਪਟਵਾਰੀ ਕਰੋ ਕ੍ਰੈਸ਼ ਕੋਰਸ ਵਿੱਚ ਕੀ ਕਰ ਰਹੀਆਂ ਡੇਲੀ 20 ਕੁਐਸਚਨ ਕਰ ਰਹੇ ਹਾਂ ਠੀਕ ਹੈ ਤੇ ਸਾਡੇ ਜਿੰਨੇ ਵੀ ਨੋਟਸ ਨੇ ਮਟੀਰੀਅਲ ਨੇ ਤੁਹਾਨੂੰ ਮਿਲ ਜੇਗਾ WhatsApp ਗਰੁੱਪ ਨੂੰ ਜੁਆਇਨ ਕਰੋ Telegrams ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਸਾਡੇ ਜਿਹੜੇ ਮਤਲਬ ਤੁਸੀਂ ਵੈਬਸਾਈਟ ਤੇ ਜਾ ਕੇ ਦੇਖੋ ਕਿ ਬੁੱਕਸ ਨੂੰ ਪਰਚੇਸ ਕਰਨਾ ਹੋਏ ਤੇ ਕੀ ਕਰਨਾ ਹੈ ਵਾਈ ਨਾਉ ਦੇ অপਸ਼ਨ ਤੇ ਕਲਿੱਕ ਕਰ ਦੇਣਾ ਜਿੰਨੇ ਵੀ ਮਿਨੀਮਮ ਪ੍ਰਾਈਸ ਤੇ ਤੁਹਾਨੂੰ ਮਿਲ ਰਹੇ ਨੇ ਬਹੁਤ ਹੀ ਘੱਟ ਪ੍ਰਾਈਸ ਤੁਹਾਨੂੰ ਬੁੱਕਸ ਅਵੇਲੇਬਲ ਨੇ ਉੱਥੇ ਠੀਕ ਹੈ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਚੈਨਲ ਤੁਹਾਡੇ ਲਈ ਹੁਣ ਨੈਕਸਟ ਵੀਡੀਓ ਲੈ ਕੇ ਆਵਾਂਗੇ ਲੈਕਚਰ ਨੈਕਸਟ ਡੇ ਗੁੱਡ ਈਵਨਿੰਗ ਗਾਇਜ਼ ਥੈਂਕਸ ਫੋਰ ਵਾਚਿੰਗ